ਉਧਰ ਬਟਾਲਾ ਵਿੱਚ ਗੁਰਮੇਹਰ ਕੌਰ ਦੇ ਹੱਕ ਵਿੱਚ ਇੱਕ ਮਾਰਚ ਕੱਢਿਆ ਗਿਆ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੋ ਕੇ ਗੁਜ਼ਰਿਆ। ਇਸ ਮਾਰਚ ਰਾਹੀਂ ਲੋਕਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਗੁਰਮੇਹਰ ਕੌਰ ਨੂੰ ਇਨਸਾਫ ਦਿੱਤਾ ਜਾਵੇ। ਅੱਜ ਦਾ ਇਹ ਰੋਸ ਮਾਰਚ ਅਸੀਂ ਕਰਨੌਰ ਵਿੱਚ ਕਰਨ ਜਾ ਰਹੇ ਹਾਂ। ਇਹਦਾ ਮੁੱਖ ਮਕਸਦ ਸਾਡੇ ਪੰਜਾਬ ਦੀ ਧੀ ਗੁਰਮੇਹਰ ਕੌਰ ਨੂੰ ਧਮਕੀਆਂ ਦੇਣ ਵਾਲਿਆਂ ਦੇ ਵਿਰੁੱਧ, ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੇ ਵਿਰੁੱਧ ਅਸੀਂ ਲੋਕਾਂ ਨੂੰ ਜਾਗਰਿਤ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਉਹਨੇ ਇਹ ਗੱਲ ਕੀਤੀ ਆ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਸ਼ਹੀਦ ਨਹੀਂ ਕੀਤਾ, ਜੰਗ ਨੇ ਸ਼ਹੀਦ ਕੀਤਾ ਵਾ, ਅਸੀਂ ਇਹਦਾ ਜ਼ੋਰਦਾਰ ਸਮਰਥਨ ਕਰਦੇ ਹਾਂ ਔਰ ਇਹਨਾਂ ਧਮਕੀਆਂ ਦੇਣ ਵਾਲਿਆਂ ਦਾ ਨੂੰ ਅਸੀਂ ਇਸ ਰੋਸ ਮਾਰਚ ਰਾਹੀਂ ਇਹ ਜਵਾਬ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਉਹ ਪੰਜਾਬ ਦੀ ਧੀ ਦਾ ਸਮਰਥਨ ਕਰਦੇ ਆ ਜੋ ਉਹਨੇ ਇਹ ਗੱਲ ਕਹੀ ਆ, ਅਤੇ ਜਿਹੜੇ ਦੇਸ਼ ਦੀ ਸਾਡੀ ਜਵਾਨਬੰਦੀ ਕਰਨ ਵਾਲੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਉਹ ਧਮਕੀਆਂ ਦੇਣ ਵਾਲੇ ਜਿਹੜੇ ਲੋਕ ਆ, ਭਾਵੇਂ ਉਹ ਮੰਤਰੀ ਆ, ਉਹਨਾਂ ਨੂੰ ਜਿਹੜਾ ਹੈ ਉਹ ਇਹ ਸਰਕਾਰ ਗ੍ਰਿਫਤਾਰ ਕਰੇ ਅਤੇ ਸਾਰੇ ਪੰਜਾਬ ਨੂੰ ਅਮਨ ਪਸੰਦ ਲੋਕਾਂ ਨੂੰ ਜਿਹੜਾ ਹੈ ਉਹ ਇਨਸਾਫ ਮਿਲੇ। ਇਹੀ ਸਾਡਾ ਰੋਸ ਮਾਰਚ ਦਾ ਜਿਹੜਾ ਹੈ ਮੁੱਖ ਜਿਹੜਾ ਮਕਸਦ ਹੈ।